ਕਰੂਗਾ ਕਿ ਸਾਡਾ ਬੁਰਾ ਹਾਲ ਆ, ਸਾਡੇ ਬੱਚੇ ਬਿਮਾਰ, ਅਸੀਂ ਬਿਮਾਰ, ਸਾਰੀਆਂ ਬਿਮਾਰੀਆਂ ਹੋ ਰਹੀਆਂ। ਇਹਦੇ ਬਾਅਦ ਹੋਰ ਕੀ ਸਰਕਾਰ ਸਾਡੇ ਲਈ ਸੋਚ ਕੀ ਰਹੀ ਹੈ? ਸਾਡਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ, ਨਹੀਂ ਅਸੀਂ ਸੜਕ ਰੋਡ ਜਾਮ ਕਰਾਂਗੇ ਔਰ ਸੜਕਾਂ ਤੇ ਉਤਰਾਂਗੇ। ਕੋਈ ਗ੍ਰੀਨ ਸਿਟੀ ਨਹੀਂ ਇੱਥੇ, ਆਵੇ ਕਿਹੜਾ ਕਹਿੰਦਾ ਗ੍ਰੀਨ ਸਿਟੀ? ਬਿੱਟੂ ਆ ਜਾਏ, ਭਗਵੰਤ ਮਾਨ ਆ ਜਾਏ, ਪਾਪੀ ਭਲਾਈ ਖੜਾ ਉਹ ਆ ਜਾਵੇ, ਦੱਸੋ ਕਿਹੜਾ ਕਹਿੰਦਾ ਸਾਨੂੰ ਐਮਐਲਏ ਐਮਪੀ ਵੀ ਗ੍ਰੀਨ ਸਿਟੀ ਹੈ, ਕਿਹੜੇ ਪਾਸੋਂ ਗ੍ਰੀਨ ਸਿਟੀ ਹੈ? ਇੰਨੀ ਗੰਦੀ ਸਮੈਲ ਆ ਰਹੀ ਹੈ ਕਿ ਸਾਨੂੰ ਰੋਟੀ ਖਾਣੀ ਤੋਂ ਭਰਿਆ, ਸਾਡੇ ਸਾਹ ਲੈਣਾ ਦਿੱਕਤ ਆ। ਰਾਤ ਨੂੰ ਅਸੀਂ ਅੱਧੀ ਰਾਤੀ ਉੱਠਦੇ ਨੇ ਸੁੱਤੇ, ਸਾਰਾ ਕਮਰਾ ਭਰਿਆ ਹੁੰਦਾ ਬਦਬੂ ਨਾਲ ਕਿ ਅਸੀਂ ਸਾਹ ਨਹੀਂ ਲੈ ਸਕਦੇ। ਸਾਡੇ ਜਿਹੜੇ ਇਲੈਕਟ੍ਰੋਨਿਕਸ ਦੇ ਇੰਜੀਨੀਅਰ ਆਉਂਦੇ ਆ ਉੱਥੋਂ, ਉਹ ਆ ਕੇ ਕਹਿੰਦੇ ਆ, ਕਹਿੰਦੇ ਤੁਹਾਡੇ ਅੰਦਰੋਂ ਇੰਨਾ ਕੁ ਗਲ ਚੁੱਕਿਆ, ਕੋਈ ਤੇਜ਼ਾਬ ਤੁਜੂਦ ਹੈ ਇੱਥੇ ਹਵਾ ਚ? ਤੇ ਫਿਰ ਉਹ ਆਪ ਹੀ ਦੇਖ ਕੇ ਕਹਿੰਦੇ, ਕਹਿੰਦੇ ਇੱਥੇ ਸੀਵਰੇਜ ਪਲਾਂਟ ਇੱਥੇ ਆ ਤੇ ਉਹਦੀ ਸਮੈਲ ਕਰਕੇ ਤੁਹਾਡੇ ਏਸੀ ਖਰਾਬ ਹੋ ਗਏ। ਉਹ ਗੰਦੀ ਸਮੈਲ ਦੇ ਕਾਰਨ ਸਾਰੇ ਸਾਡੇ ਜਿਹੜੇ ਇਲੈਕਟ੍ਰੋਨਿਕ ਉਪਕਰਨ ਆ, ਏਸੀ, ਫਰਿੱਜ, ਐਲਸੀਡੀਆਂ ਆਏ ਸਾਲ ਖਰਾਬ ਰਹਿੰਦੀਆਂ। ਅਸੀਂ ਭੱਟੀਆਂ ਪਿੰਡ ਲੁਧਿਆਣੇ ਤੋਂ, ਸਾਡੇ ਦੇ ਪਿੰਡ ਦੇ ਵਿੱਚ ਇੱਕ ਐਸਟੀਪੀ ਪਲਾਂਟ ਹੈ ਜਿਹਦੇ ਵਿੱਚ ਸੀਵਰੇਜ ਦਾ ਜਿਹੜਾ ਪਾਣੀ ਟ੍ਰੀਟ ਕੀਤਾ ਜਾਂਦਾ ਤੇ ਨੇੜੇ ਨੇੜੇ ਦੇ 5-7 ਕਿਲੋਮੀਟਰ ਦੇ ਏਰੀਆ ਦੇ ਵਿੱਚ ਗੰਦੀ ਬਦਬੂ ਫੈਲਦੀ ਹੈ ਸਾਰੇ ਪਾਸੇ। ਉਹ ਗੰਦੀ ਸਮੈਲ ਦੇ ਕਾਰਨ ਸਾਰੇ ਸਾਡੇ ਜਿਹੜੇ ਇਲੈਕਟ੍ਰੋਨਿਕ ਉਪਕਰਨ ਹੈ, ਏਸੀ, ਫਰਿੱਜ, ਐਲਸੀਡੀਆਂ ਆਏ ਸਾਲ ਖਰਾਬ ਰਹਿੰਦੀਆਂ। ਜੇ ਇਹ ਚੀਜ਼ਾਂ ਖਰਾਬ ਰਹਿੰਦੀਆਂ ਤਾਂ ਸਾਡੇ ਅੰਦਰ ਜਿਹੜਾ ਇੰਟਰਨਲ ਸਾਡਾ ਸਿਸਟਮ ਹੈ ਉਹ ਵੀ ਖਰਾਬ ਹੁੰਦਾ ਹੋਊਗਾ, ਕਿਉਂਕਿ ਉਹ ਗੰਦੀ ਸਮੈਲ ਦੇ ਨਾਲ ਸਾਡੇ ਮਹੱਲੇ ਨੂੰ ਵੀ, ਨੇੜੇ ਨੇੜੇ ਦੇ ਕਾਫੀ ਪਿੰਡਾਂ ਨੂੰ ਦਿੱਕਤ ਹੈ ਤੇ ਸਰਕਾਰ ਅੱਗੇ ਅਪੀਲ ਹੈ ਵੀ ਇਹਨੂੰ ਬੰਦ ਕਰਾਇਆ ਜਾਵੇ ਜਾਂ ਉਹਦਾ ਬਣਦਾ ਜਿਹੜਾ ਵੀ ਕੋਈ ਹੱਲ ਹੈ ਉਹ ਕੀਤਾ ਜਾਵੇ। ਦੇਖੋ, ਜਦੋਂ ਮਹੱਲੇ ਦੇ ਹਰ ਘਰ ਦਾ ਏਸੀ ਜਾਂ ਕੋਈ ਐਲਸੀਡੀ ਸਰਦੀ ਹੈ ਤੇ ਉਸ ਤੋਂ ਬਾਅਦ ਜਿਹੜੇ ਇੰਜੀਨੀਅਰ ਆਉਂਦੇ ਆ ਇਲੈਕਟ੍ਰੋਨਿਕਸ ਵੱਲ ਦੇ, ਉਹ ਆ ਕੇ ਸਾਨੂੰ ਦੱਸਦੇ ਵੀ ਤੁਹਾਡੇ ਨੇੜੇ ਜਿਹੜਾ ਐਸਟੀਪੀ ਪਲਾਂਟ ਹੈ ਇਹਦੀ ਸਮੈਲ ਕਰਕੇ ਇਹ ਚੀਜ਼ਾਂ ਜਲਦੀ ਸੜ ਜਾਂਦੀਆਂ। ਬਾਕੀ ਸ਼ਹਿਰ ਦੇ ਵਿੱਚ ਕੋਈ ਏਡਾ ਨੁਕਸਾਨ ਨਹੀਂ ਹੁੰਦਾ, ਸਾਡੇ ਹੀ ਹਰ ਸਾਲ ਏਸੀ ਸੜੇ ਰਹਿੰਦੇ ਆ, ਗੈਸ ਉੱਡ ਜਾਂਦੀ ਹੈ, ਇਹੋ ਜਿਹੀਆਂ ਦਿੱਕਤਾਂ ਰਹਿੰਦੀਆਂ। ਇਹਨੂੰ ਲਗਭਗ 15 ਸਾਲ ਹੋ ਗਏ ਆ। ਪਹਿਲਾਂ ਇਹ ਠੀਕ ਸੀ ਕਿਉਂਕਿ ਇਹਦੇ ਵਿੱਚ ਕੋਈ ਉਪਕਰਨ ਲੱਗਿਆ ਹੋਇਆ ਸੀਗਾ ਜਿਹਦੇ ਕਰਕੇ ਕੋਈ ਸਮੈਲ ਨਹੀਂ ਉੱਡਦੀ ਸੀਗੀ, ਫਿਰ ਪਿਛਲੇ 7-8 ਸਾਲਾਂ ਤੋਂ ਇਹ ਦਿੱਕਤ ਵੱਧ ਗਈ ਹੈ, ਉਹ ਉਪਕਰਨ ਕਦੇ ਨਹੀਂ ਬਦਲਿਆ ਇਹਨਾਂ ਨੇ ਤੇ ਸਮੈਲ ਸਾਰੇ ਪਾਸੇ ਫੈਲ ਗਈ। 7-8 ਸਾਲ ਪਹਿਲਾਂ ਸਾਨੂੰ ਨਹੀਂ ਇੰਨਾ ਪਤਾ ਲੱਗਿਆ, ਜਦੋਂ 5-6 ਸਾਲ ਲੰਘੇ, 5-6 ਸਾਲ ਲੰਘਣ ਤੋਂ ਬਾਅਦ ਹੀ ਜਿਵੇਂ ਇੱਕ ਨੇ ਦੱਸਿਆ, ਦੂਜੇ ਨੇ ਦੱਸਿਆ, ਹੌਲੀ ਹੌਲੀ ਫਿਰ ਬਣਦਾ ਗਿਆ ਵੀ ਵਾਕਈ ਇਹ ਦਿੱਕਤ ਹੈਗੀ। ਹਾਂਜੀ, ਬਿਮਾਰੀਆਂ ਲੱਗਦੀਆਂ ਫਟਾਫਟ ਸਮੱਸਿਆ ਦਾ ਸਮਾਧਾਨ ਕਰਨ ਦੀ ਲੋੜ ਹੈ। ਸ਼ਿਕਾਇਤ ਜਿੱਦਾਂ ਜਿੱਦਾਂ ਅਸੀਂ ਮਹੱਲਿਆਂ ਚ ਹੌਲੀ ਹੌਲੀ ਪੁੱਛਦੇ ਰਹੇ, ਹੌਲੀ ਹੌਲੀ ਇਹ ਗੱਲਾਂ ਸਾਹਮਣੇ ਆਉਂਦੀਆਂ ਰਹੀਆਂ, ਹੁਣ ਜਾ ਕੇ ਅਸੀਂ ਇਹ ਕਦਮ ਚੁੱਕਣ ਦਾ ਸਰਕਾਰ ਅੱਗੇ ਇਹੀ ਗੁਜ਼ਾਰਿਸ਼ ਹੈ ਕਿ ਫਟਾਫਟ ਸਮੱਸਿਆ ਦਾ ਸਮਾਧਾਨ ਕੀਤਾ ਜਾਏ। ਕਾਰਨ ਇਹੀ ਹੈ ਜੀ, ਅਸੀਂ ਇਸ ਪਲਾਂਟ ਤੋਂ ਇੰਨੇ ਪਰੇਸ਼ਾਨ ਹੋ ਚੁੱਕੇ ਹਾਂ ਕਿ ਸਾਡੇ ਜਿੰਨੇ ਵੀ ਬਿਜਲੀ ਦੇ ਇਲੈਕਟ੍ਰੋਨਿਕ ਸਾਰੇ ਜਿੰਨੇ ਵੀ ਸਮਾਨ ਆ, ਫਰਿੱਜਾਂ ਆ, ਟੀਵੀ ਆ, ਏਸੀ ਆ, ਹਰ ਚੀਜ਼ ਆਏ ਸਾਲ ਸਾਡਾ 10,000-15,000 ਇਹਨਾਂ ਤੇ ਲੱਗਦਾ, ਸਾਰਾ ਕੁਛ ਜਲ ਜਾਂਦਾ, ਗਲ ਜਾਂਦੀ ਹੈ, ਸਾਨੂੰ ਬਾਰ ਬਾਰ ਰਿਪੇਅਰ ਕਰਾਉਣੀ ਪੈਂਦੀ ਹੈ, ਸਾਹ ਲੈਣ ਚ ਇੰਨੀ ਪ੍ਰੋਬਲਮ, ਅਸੀਂ ਘਰ ਬੈਠੇ ਅੰਦਰ ਸਾਹ ਨਹੀਂ ਲੈ ਸਕਦੇ, ਇੰਨੀ ਗੰਦੀ ਬਦਬੂ ਆ ਕਿ ਸਾਡਾ ਬੁਰਾ ਹਾਲ ਆ, ਸਾਡੇ ਬੱਚੇ ਬਿਮਾਰ, ਅਸੀਂ ਬਿਮਾਰ, ਸਾਰੀਆਂ ਬਿਮਾਰੀਆਂ ਹੋ ਰਹੀਆਂ। ਇਹ ਤੋਂ ਬਾਅਦ ਹੋਰ ਕੀ ਸਰਕਾਰ ਸਾਡੇ ਲਈ ਸੋਚ ਕੀ ਰਹੀ ਹੈ? ਸਾਡਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ, ਨਹੀਂ ਅਸੀਂ ਸੜਕ ਰੋਡ ਜਾਮ ਕਰਾਂਗੇ ਔਰ ਸੜਕਾਂ ਤੇ ਉਤਰਾਂਗੇ। ਸਰਕਾਰ ਧਰਨਾ ਦੇਵਾਂ, ਸਰਕਾਰ ਦੇ ਖਿਲਾਫ ਨਾਅਰੇ ਲਾਵਾਂਗੇ। ਕੋਈ ਗ੍ਰੀਨ ਸਿਟੀ ਨਹੀਂ ਇੱਥੇ, ਆਵੇ ਕਿਹੜਾ ਕਹਿੰਦਾ ਗ੍ਰੀਨ ਸਿਟੀ? ਬਿੱਟੂ ਆ ਜਾਏ, ਭਗਵੰਤ ਮਾਨ ਆ ਜਾਏ, ਪਾਪੀ ਭਲਾਈ ਖੜਾ ਉਹ ਆ ਜਾਵੇ, ਦੱਸੋ ਕਿਹੜਾ ਕਹਿੰਦਾ ਸਾਨੂੰ ਐਮਐਲਏ ਐਮਪੀ
ਕੇ ਗ੍ਰੀਨ ਸਿਟੀ ਹੈ, ਕਿਹੜੇ ਪਾਸੋਂ ਗ੍ਰੀਨ ਸਿਟੀ ਹੈ? ਨਾ ਨਾ ਨਾ, ਅਸੀਂ ਤਾਂ ਜਿਉਂ ਇੱਥੇ ਉਦੋਂ ਦੇ ਪਰੇਸ਼ਾਨ ਆ, ਪਰ ਕੋਈ ਸੁਣਵਾਈ ਨੀ ਕਰ ਰਿਹਾ। ਇੱਕ ਦੋ ਵਾਰ ਅਸੀਂ ਅਪਰੋਚ ਕੀਤੀ ਹੈ, ਪਰ ਕਿਸੇ ਨੇ ਸਾਡੀ ਗੱਲ ਹੀ ਨੀ ਇਹਦੇ ਬਾਰੇ ਸੁਣੀ ਹੈ। ਹਾਂ ਨਹੀਂ, ਸ਼ਿਕਾਇਤ ਲੈ ਕੇ ਅਸੀਂ ਕਿਤੇ ਨੀ ਗਏ, ਬਸ ਏਦਾਂ ਹੀ ਅਸੀਂ ਆਪਾਂ ਵਿੱਚ ਹੀ ਸਾਰੇ ਡਿਸਕਸ਼ਨ ਕਰਦੇ ਰਹੇ, ਪਰ ਸਾਨੂੰ ਹੁਣ ਹੱਦ ਤੋਂ ਵੱਧ ਪ੍ਰੋਬਲਮ ਵੱਧ ਗਈ ਹੈ। ਇੰਨੀ ਗੰਦੀ ਸਮੈਲ ਆ ਰਹੀ ਹੈ ਕਿ ਸਾਨੂੰ ਰੋਟੀ ਖਾਣੀ ਦੁੱਭਰ ਹੈ, ਸਾਡੀ ਸਾਹ ਲੈਣਾ ਦਿੱਕਤ ਆ। ਰਾਤ ਨੂੰ ਅਸੀਂ ਅੱਧੀ ਰਾਤੀ ਉੱਠਦੇ ਨੇ, ਸੁੱਤੇ ਸਾਰਾ ਕਮਰਾ ਭਰਿਆ ਹੁੰਦਾ ਬਦਬੂ ਨਾਲ ਕਿ ਅਸੀਂ ਸਾਹ ਨੀ ਲੈ ਸਕਦੇ। ਬਸ ਸਾਡੀ ਇਹੀ ਮੰਗ ਹੈ ਕਿ ਜਲਦੀ ਤੋਂ ਜਲਦੀ ਪ੍ਰਸ਼ਾਸਨ ਸਾਡੀ ਇਸ ਮਸਲੇ ਦਾ ਹੱਲ ਕਰੇ, ਔਰ ਨਹੀਂ ਤਾਂ ਅਸੀਂ ਫਿਰ ਸੜਕਾਂ ਤੇ ਧਰਨੇ ਦੇਵਾਂਗੇ ਜਾਂ ਸਰਕਾਰ ਖਿਲਾਫ ਅਸੀਂ ਉਤਰਾਂਗੇ। ਸਰ ਪਰੇਸ਼ਾਨੀ ਹੈ ਪੂਰੇ ਮੁਹੱਲੇ, ਸਰ ਸਮੈਲ ਬਹੁਤ ਆਉਂਦੀ ਹੈ, ਰਾਤੀ ਸੁਣ ਲਓ ਸਵੇਰ ਦੇਖ ਲਓ ਸਰ, ਸਮੈਲ ਬਹੁਤ ਆਉਂਦੀ ਹੈ। ਉਹ ਸਮੈਲ ਵੀ ਏਦਾਂ ਰਹੀ ਹੈ ਕਿ ਬੰਦਾ ਸਰ ਸਹਿਣ ਸਰ ਕਰ ਸਕਦਾ ਵਾ, ਈਵਨ ਕਿ ਸਰ ਬੱਚਿਆਂ ਨੂੰ ਸਰ ਬਿਮਾਰੀਆਂ ਵੀ ਹੋ ਰਹੀਆਂ, ਸਾਡੇ ਤਾਂ ਹੋ ਰਹੀ ਹੈ ਪਲੱਸ ਕਰ ਸਰ, ਈਵਨ ਕਿ ਏ ਸੀ ਹਰ ਸਰ ਖਾਸ ਸਰ ਹੋਣੇ ਹੀ ਹੋਣੇ, ਰੀਜ਼ਨ ਕਿ ਸਰ ਗੈਸ ਜਰਮਸ ਏਅਰ ਪੋਲਿਊਸ਼ਨ ਉਹ ਸਰ ਬਿਮਾਰੀ ਸਰ ਬਹੁਤ ਹੈਗੀਆਂ ਵਾ। ਔਰ ਇਹ ਸਰ ਇੱਥੇ ਨਹੀਂ ਹੈ, ਇੱਥੇ ਕਾਫੀ ਏਰੀਆ ਨੂੰ ਸਰ ਔਰਗਨਾਈਜ਼ ਸਰ ਕੀਤਾ ਹੈ। ਨਿੱਕੀ ਸਰ ਆਪਣੀ ਹੈ ਆਬਾਦੀ ਵੀ ਇੱਥੇ ਵੱਧ ਗਈ ਹੈ ਤੇ ਏਸੀ ਵਗੈਰਾ ਦਾ ਵੀ ਚਲਨ ਜ਼ਿਆਦਾ ਹੋ ਗਿਆ। ਪਹਿਲਾਂ ਤਾਂ ਫਰਿੱਜ ਹੀ ਇਕੱਲੇ ਖਰਾਬ ਹੁੰਦੇ ਸੀ, ਹੁਣ ਆਏ ਸਾਲ 50,000 ਦਾ ਏਸੀ, 10-15,000 ਪਹਿਲੇ ਸਾਲ ਲੱਗਦਾ ਤੇ ਅਗਲੇ ਸਾਲ ਉਹ ਬਿਲਕੁਲ ਕਵਾੜ ਹੋ ਜਾਂਦਾ। ਅਸੀਂ ਇੱਥੇ 8-10 ਸਾਲਾਂ ਜਾ ਕੇ ਚੌਥਾ ਪੰਜਵਾਂ ਏਸੀ ਬਦਲ ਚੁੱਕੇ ਹਾਂ, 1-2 ਸਾਲਾਂ ਤੋਂ ਜ਼ਿਆਦਾ ਨਹੀਂ ਕੱਢਦਾ। ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਸਰੀਰਾਂ ਦਾ ਵੀ, ਸਾਹ ਚੜ੍ਹਦਾ ਵਾ, ਹਰ ਇੱਕ ਨੂੰ ਪ੍ਰੋਬਲਮ ਇਹ ਹੈ, ਖਾਂਸੀ ਜ਼ੁਕਾਮ ਆਏ ਦਿਨ ਹੋਇਆ ਰਹਿੰਦਾ, ਗਰਮੀ ਦੇ ਦਿਨਾਂ ਤਾਂ ਹੋਰ ਜ਼ਿਆਦਾ ਪ੍ਰੋਬਲਮ ਹੋ ਜਾਂਦੀ ਹੈ। ਸਾਡੇ ਜਿਹੜੇ ਇਲੈਕਟ੍ਰੋਨਿਕਸ ਦੇ ਇੰਜੀਨੀਅਰ ਆਉਂਦੇ ਉੱਥੋਂ, ਉਹ ਆ ਕੇ ਕਹਿੰਦੇ ਆ, ਕਹਿੰਦੇ ਤੁਹਾਡੇ ਅੰਦਰੋਂ ਇੰਨਾ ਕੁ ਗਲ ਚੁੱਕਿਆ, ਕੋਈ ਤੇਜ਼ਾਬ ਤੁਸੀਂ ਹੈ ਇੱਥੇ ਹਵਾ ਚ? ਤੇ ਫਿਰ ਉਹ ਆਪ ਹੀ ਦੇਖ ਕੇ ਕਹਿੰਦੇ ਇੱਥੇ ਸੀਵਰੇਜ ਪਲਾਂਟ ਇੱਥੇ ਆ ਤੇ ਉਹਦੀ ਸਮੈਲ ਕਰਕੇ ਤੁਹਾਡੇ ਏਸੀ ਖਰਾਬ ਹੋ ਗਏ। ਬਿਮਾਰੀਆਂ ਸਾਰੇ ਅੱਗੇ ਮਤਲਬ ਸਾਹ ਲੈਂਦੇ ਸੀ ਕਿ ਅਸੀਂ ਮਤਲਬ ਰੋਕ ਸਕਦੇ ਸੀ, ਹੁਣ ਦੇਖਿਆ ਮੈਂ ਆਪ ਨੂੰ, ਮੈਨੂੰ ਹੀ ਇੰਨੀ ਦਿੱਕਤ ਹੋ ਰਹੀ ਹੈ ਸਾਹ ਰੋਕਣ ਦੀ, ਅੱਗੇ ਰੋਕ ਕੇ 50 ਤੱਕ ਗਿਣ ਲੈਂਦੇ ਸੀ ਤੇ ਹੁਣ ਤਾਂ 10-15 ਤੋਂ ਉੱਤੇ ਨਹੀਂ ਜਾਂਦਾ ਪਿਆ, ਜਦੋਂ ਕਿ ਲੰਗਸ ਦੀ ਪ੍ਰੋਪਰ ਹੋਣੀ ਚਾਹੀਦੀ ਹੈ ਵਰਜਿਸ਼, ਉਹੀ ਵਰਜਿਸ਼ ਅਸੀਂ ਅੱਗੇ ਕਰਦੇ ਸੀ ਉਹੀ ਹੁਣ ਕਰਦੇ ਹਾਂ। ਮਾਤਾ ਸਾਡੀ ਪੂਰੀ ਹੋ ਗਈ ਇਸੇ ਪ੍ਰੋਬਲਮ ਨਾਲ, ਉਹਨਾਂ ਦਾ ਇੰਨੀ ਪ੍ਰੋਬਲਮ ਆਈ, ਸਾਹ ਦੀ ਇਕਦਮ ਸਾਹ ਬੰਦ ਹੋ ਗਿਆ, ਵਿਚਾਰਿਆਂ ਦੀ ਡੈਥ ਹੋ ਗਈ ਉਹਨਾਂ ਦੀ ਪਿਛਲੇ ਸਾਲ। ਇਹ ਤਾਂ ਚਲੋ ਉਹਨਾਂ ਦੀ ਸੀਗੀ, ਵਿਚਾਰਿਆਂ ਦੀ ਜਿੰਨੀ ਸੀਗੀ, ਪਰ ਹੋਇਆ ਤਾਂ ਇਸੇ ਪ੍ਰੋਬਲਮ ਨਾਲ ਉਹਨੂੰ, ਭਾਵੇਂ ਜਿੰਨੀ ਵੀ ਮਰਜ਼ੀ ਉਮਰ ਹੋਵੇ, ਘਰ ਦਾ ਜੀ ਤਾਂ ਜੀ ਹੈ ਨਾ, ਸਿਹਤ ਦਾ ਮਾਮਲਾ ਵੈ। ਇੱਕ ਵਾਰੀ ਜਿਹੜੀ ਇਕਨੋਮਿਕਲ ਪ੍ਰੋਬਲਮ ਹੈ ਏਸੀ ਵਗੈਰਾ ਤੇ ਖਰਚਾ ਆਉਣ ਦੀ, ਉਹ ਇੱਕ ਵਾਰੀ ਨੂੰ ਕਲੀਅਰ ਕਰ ਲੈਂਦਾ ਬੰਦਾ, ਪਰ ਇਹ ਜਿਹੜਾ ਸਿਹਤ ਦਾ ਜਿਹੜਾ ਹੈ ਨਾ, ਇਹ ਬਹੁਤ ਵੱਡਾ ਖਤਰਾ ਸਿਹਤ ਤੇ।